ਆਵੇ ਬਹਾਨਾ ਨੇ ਤੁਸੀਂ ਦੁਪਹਿਰ ਵੇਲੇ ਘਰ ਕੀ ਕੋਈ ਜ਼ਰੂਰੀ ਕੰਮ ਪੈ ਗਿਆ ਆ ਅੱਜ ਰਕਮ ਦੀ ਵਸੂਲੀ ਦੁਪਹਿਰ ਵੇਲੇ ਹੋ ਗਈ ਸੀ ਮੈਂ ਸੋਚਿਆ ਕਿ ਰਕਮ ਦੁਕਾਨ ਤੇ ਰੱਖਣ ਦੀ ਬਜਾਏ ਘਰ ਰੱਖ ਕੇ ਆਉਣਾ ਤੁਹਾਨੂੰ ਪਤਾ ਕਿਸੇ ਦੀ ਭੈੜੀ ਨਜ਼ਰ ਪੈ ਗਈ ਤੇ ਇਹ ਸਭ ਤਾਂ ਠੀਕ ਹੈ ਹੁਣ ਇਹ ਦੁੱਲ੍ਹ ਤਾਂ ਸਾਡੇ ਪੁਸ਼ਤਾਂ ਤੱਕ ਖਰਚਣਗੇ ਹਾਂ ਤੇਰੀਆਂ ਪੁਸ਼ਤਾਂ ਨੂੰ ਗਾਂ ਚਲਾਉਣ ਵਾਲਾ ਤੇਰਾ ਲਾਡਲਾ ਪੁੱਤਰ ਚੰਦਰ ਹੈ ਕਿੱਥੇ ਉਹ ਆਪਣੇ ਯਾਰਾਂ ਦੋਸਤਾਂ ਨਾਲ ਲਾਗਲੇ ਪਿੰਡ ਮੇਲਾ ਵੇਖਣ ਗਿਆ ਹੈ ਮੇਲਾ ਵੇਖਣ ਗਿਆ ਮੈਂ ਇਹਨੂੰ 100 ਵਾਰੀ ਕਿਹਾ ਹੈ ਕਿ ਇਹ ਮੇਲੇ ਠੇਰਿਆਂ ਦਾ ਖੜਾ ਛੱਡ ਕੇ ਦੁਕਾਨ ਤੇ ਬਹਿ ਕੇ ਆਪਣਾ ਕਾਰੋਬਾਰ ਸੰਭਾਲ ਓਹੋ ਇਹ ਸਭ ਕੁਝ ਉਸਦਾ ਹੀ ਤੇ ਹੈ ਮੈਂ ਤੇ ਕਹਿੰਦੀ ਆ ਕਿ ਉਹਦਾ ਵਿਆਹ ਕਰ ਦਈਏ ਜਦੋਂ ਉਹਦੇ ਪੈਰਾਂ 'ਚ ਬੇੜੀਆਂ ਪੈਣਗੀਆਂ ਤੇ ਆਪਣੇ ਆਪ ਹੀ ਜ਼ਿੰਮੇਵਾਰੀ ਦਾ ਅਹਿਸਾਸ ਹੋ ਜਾਊਗਾ ਹਾਂ ਭਗਵਾਨ ਨੇ ਨਾਲੇ ਉਹਦੇ ਵਿਆਹ ਕਰਨ ਦੇ ਵਿੱਚ ਸਾਨੂੰ ਵੀ ਤੇ ਫਾਇਦਾ ਹੀ ਫਾਇਦਾ ਉਹ ਕਿਸ ਤਰ੍ਹਾਂ ਦੇਖ ਵਿਆਹ ਹੋਊਗਾ ਤੇ ਵਿਆਹ ਦੇ ਵਿੱਚ ਦਾਜ ਸੋਨਾ ਚਾਂਦੀ ਹੀਰੇ ਮੋਤੀ ਜਵਾਹਰਾਤ ਸਭ ਕੁਝ ਮਿਲੇਗਾ ਕਿ ਨਹੀਂ ਹਾਂ ਨਾਲੇ ਨੂੰ ਰਾਣੀ ਘਰ ਦਾ ਕੰਮ ਕਰਿਆ ਕਰੇਗੀ ਤੇ ਮੈਂ ਬੈਠੀ ਹਾਂ ਤੇ ਹੁਕਮ ਚਲਾਇਆ ਕਰੂੰਗੀ ਪਾਪੀ ਕਬੇੜਾ ਹੋ ਗਿਆ ਵੇਖ ਲੈ ਉਹ ਰਾਜੀ ਕਲੈਣੀ ਅਜੇ ਤੱਕ ਨਹੀਂ ਆਈ ਬਾਜ਼ਾਰਾਂ ਤੋਂ ਪਤਾ ਨਹੀਂ ਕਦੋਂ ਤੱਕ ਸਾਡੀ ਛਾਤੀ ਤੇ ਸੱਪ ਬਣ ਕੇ ਲੁੱਟਦੀ ਰਹੋ ਮੈਂ ਤਾਂ ਕਹਿੰਦੀ ਆ ਕੋਈ ਲੂਲਾ ਲੰਗੜਾ ਵੇਖ ਕੇ ਸਿਆਪਾ ਮਕਾ ਉਹਦਾ ਨਾ ਇਹਨੂੰ ਕਿਹਨੇ ਪਸੰਦ ਕਰਨਾ ਕਿਹੜਾ ਬੰਦਾ ਚਾਹੂ ਉਹਦੀ ਤੀਵੀ ਸਵੇਰੇ ਸ਼ਾਮ ਦੀਵੇ ਲੈ ਕੇ ਬਾਜ਼ਾਰਾਂ ਤੇ ਬਾਲਦੀ ਫਿਰੇ ਨਾਲੇ ਇਹੋ ਜਿਹੀ ਘੁੰਮਣ ਫਿਰਨ ਵਾਲੀ ਜਨਾਨੀ ਨੂੰ ਕਿਹੜਾ ਬੰਦਾ ਪਸੰਦ ਕਰਦਾ ਈ ਮਾਂ ਪਿਓ ਆਪ ਤਾਂ ਮਰ ਗਏ ਤੇ ਛੱਡ ਗਏ ਸਾਡੇ ਲਈ ਪਤਾ ਨਹੀਂ ਕਦੋਂ ਮੱਥਿਓ ਲੱਥੂ ਅੱਜ ਹੀ ਲਾ ਦਈਏ ਕਿਵੇਂ ਆ ਗਈ ਨਾ ਤੋ ਇੰਨੀ ਕਵੇਲਾ ਕਿਹੜੇ ਯਾਰ ਨੂੰ ਮਿਲ ਕੇ ਆਈ ਹੈ ਭਰਜਾਈ ਇਹ ਤੂੰ ਕੀ ਕਹਿ ਰਹੀ ਹੈ ਬੋਲਣ ਤੋਂ ਪਹਿਲਾਂ ਸੋਚ ਤੇ ਲਿਆ ਕਰ ਕਿ ਕੀ ਕਹਿਣ ਲੱਗੀ ਹੈ ਮੈਂ ਤੇ ਮਜ਼ਾਰ ਤੇ ਗਈ ਸੀ ਤੇ ਤੁਸੀਂ ਦੋਨੋਂ ਤੇ ਬਸ ਆਈ ਵੱਡੀ ਹਿਜਰੀ ਪੀਰਾਂ ਦੀ ਨਾ ਸਾਡੇ ਮੋਰੇ ਜ਼ਬਾਨ ਚਲਾਨੀ ਹੈ ਹੈ ਭਰਜਾਈ ਛੱਡ ਮੈਨੂੰ ਮੈਂ ਤੇਰੇ ਕੀ ਵਿਗਾੜਿਆ ਨਾ ਮੈਂ ਤੇ ਤੂੰ ਮਾਫੀ ਆ ਮੈਂ ਤਾਂ ਚਿਰਾਗ ਚ ਤੇਲ ਪਾਉਣ ਗਈ ਸੀ ਵੱਡੀ ਆਈ ਚਿਰਾਗਾਂ ਵਾਲੀ ਨਾ ਜਿਹੜਾ ਚਿਰਾਗਾ ਤੇਲ ਪਾਉਣ ਜਾਣੀ ਹੈ ਉਹ ਤੇਰਾ ਪਿਓ ਭੇਜਦਾ ਹੈ ਜਾਂ ਫੜਾ ਫੜਾ ਇਹਨੂੰ ਫੜਾ ਚਿਰਾਗ ਨੂੰ ਨਹੀਂ ਫੜਾ ਨਹੀਂ ਫੜ ਜਾਈ ਛੱਡ ਦੋ ਨਹੀਂ ਛੱਡ ਮੈਂ ਤਾਂ ਚੰਗੀ ਤਰ੍ਹਾਂ ਗੁੱਤ ਕਮਾਈ ਉਹਦੀ ਅੱਜ ਬੜਾ ਹੀ ਮਜ਼ਾ ਆਇਆ ਨਾ ਕੀ ਹੋਇਆ ਤੁਹਾਨੂੰ ਕਾਹਦਾ ਪਿੰਡ ਸਿਆਪਾ ਪਾਇਆ ਚੁੱਪ ਕਰੋ ਕੀ ਕਲੇਸ਼ ਪਾਇਆ ਤੁਸੀਂ ਕਲੇਸ਼ ਤਾਂ ਤੁਹਾਡੀ ਲਾਡਲੀ ਭੈਣ ਨੇ ਪਾਇਆ ਚਾਚੀ ਮੈਂ ਤੁਹਾਨੂੰ ਛੋਟੀ ਭੈਣ ਸਮਝਦੀ ਸੀ ਪਰ ਉਹਨੇ ਤਾਂ ਮੇਰੇ ਤੇ ਹੱਥ ਚੱਕ ਦਿੱਤਾ ਇਹ ਤੂੰ ਕੀ ਕਹਿ ਰਹੀ ਹੈ ਏਦਾਂ ਨਹੀਂ ਹੋ ਸਕਦਾ ਪਰ ਜਾਈ ਠੀਕ ਹੀ ਕਹਿੰਦੀ ਹੈ ਅਸੀਂ ਘਰ ਦਾ ਕੰਮ ਕਰਦੀਆਂ ਪਈਆਂ ਸੀ ਉਹ ਆਈ ਤਾਂ ਅਸੀਂ ਉਹਨੂੰ ਇੰਨਾ ਹੀ ਪੁੱਛਿਆ ਕਿ ਤੂੰ ਕਿੱਥੋਂ ਆਈ ਹੈ ਤਾਂ ਸਾਡੇ ਤੇ ਸਵਾਰ ਹੋ ਗਈ ਕਹਿਣ ਲੱਗੀ ਤੁਸੀਂ ਕੌਣ ਹੁੰਦੇ ਮੈਨੂੰ ਪੁੱਛਣ ਵਾਲੇ ਤੇ ਮੇਰੇ ਤੇ ਭਰਜਾਈ ਤੇ ਗਾਲੀ ਪੈ ਗਈ ਤਾਂ ਉਸਨੇ ਭਰਿਆ ਤੇਲ ਦਾ ਕਸੋਰਾ ਭਰਜਾਈ ਤੇ ਕੱਢ ਮਾਰਿਆ ਤੇ ਮੇਰੀ ਵੀ ਗੁੱਤ ਪੁੱਟੀ ਉਹ ਤਾਂ ਮੇਰੇ ਹੱਥੀ ਪੈ ਗਈ ਚਾਚੀ ਨੇ ਇੱਦਾਂ ਕੀਤਾ ਮੈਂ ਪੁੱਛਦਾ ਉਹਨੂੰ ਜਾ ਕੇ ਠਹਿਰੋ ਤੁਸੀਂ ਗੁੱਸੇ 'ਚ ਨਾ ਆਓ ਉਹ ਆਰਾਮ ਕਰੀ ਹੋਣੀ ਹੈ ਆਰਾਮ ਤਾਂ ਉਹਨੂੰ ਮੈਂ ਕਰਾਉਣਾ ਰਾਜੀ ਨਹੀਂ ਰਾਜੀ ਰਾਜੀ ਹਾਂ ਵੀਰ ਹੁਣ ਤੂੰ ਵੱਡਿਆਂ ਦੀ ਇੱਜ਼ਤ ਕਰਨਾ ਵੀ ਭੁੱਲ ਗਈ ਹੈ ਨਹੀਂ ਵੀਰ
मैं तो कुछ भी नहीं किया। बकवास बंद कर, तेरियां परजाइयां झूठ बोल दिया ने। आज तू अपनी मावा वर्गियां परजाइयां ते हाथ चके। नहीं वीर, परजाइयां झूठ बोल दिया ने। बकवास बंद कर, एक तो वड्डियां ते हाथ चक दिए ते उपरों झूठ बोल दिया, जबान लड़ानी है। नहीं मैं सच बोल दिया। एक गल कन खोल के सुन ले मेरी, अज तो बाद जे तू घरों बाहर निकली ना तो मेरे तो बुरा कोई नहीं होना। नहीं वीर, मैं तो किते भी नहीं जाती, मैं तो बस बाजार ते चिराग जगाने जानी है। खबरदार, जी अज तो बाद चिराग जगाने गई था, अज तो बाद मजारा ते कोई नहीं जाएगा। नहीं सलूक हो रहा पीर दादा जी, मैं किसी तक की बिगाड़े, मेरे घर ने मेरी तेनिया बंदिशा लगा दी ने कि मैं थोड़ी हाजरी भी नहीं पढ़ सकती। जिस चिराग विच मैं तेल पर थोड़ी सेवा करती थी उस चिराग तो मैंने दूर कर दिता गया। और तुझे ही दसो मैं की करूं, मैं की करूं। पर शायद ए मेरे ही पिछले जन्म दे कर्म ने जो मेरे सामने आ रहे ने, मैनु माफ कर दियो, मैनु अपने चरणों तो दूर ना करो, मेरे इत्थे बैठी दी हाजरी कबूल कर लियो, मेरे सखी सरवर मेरे इत्थे बैठी दी हाजरी कबूल कर लियो। कदों की तो की ओ कर दे रे